ਸਤਿ ਸ਼੍ਰੀ ਅਕਾਲ, ਮੈਂ ਹਾਂ ਜਸਵੀਰ ਅਤੇ ਟੀ ਵੀ ਪੰਜਾਬ ਦੇ ਖ਼ਬਰਾਂ ਦੇ ਇਸ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਨਜ਼ਰ ਪਾਉਂਦੇ ਹਾਂ ਹੈੱਡਲਾਈਨਸ 'ਤੇ। ਕੈਨੇਡਾ 'ਚ ਇੱਕ ਹਫ਼ਤੇ ਤੋਂ ਲਾਪਤਾ ਪੰਜਾਬੀ ਨੌਜਵਾਨ ਦੀ ਹੋਈ ਮੌਤ, ਨਿਆਗਰਾ ਫਾਲਸ ਤੋਂ ਛਾਲ ਮਾਰ ਕੇ ਜੀਵਨ ਲੀਲਾ ਕੀਤੀ ਸਮਾਪਤ। ਲਬਨਾਨ 'ਚੋਂ 20,000 ਨੂੰ ਕੱਢ ਕੇ ਲਿਆਉਣ ਦਾ ਪਲਾਨ ਬਣਾ ਰਹੀ ਫੌਜ, ਇਜ਼ਰਾਈਲ ਅਤੇ ਹਜ਼ਬੁੱਲਾ ਵਿਚਾਲੇ ਵੱਧਦੇ ਤਣਾਅ ਦੇ ਮੱਦੇਨਜ਼ਰ ਯੋਜਨਾਬੰਦੀ। ਮਹਾਮਾਰੀ ਬੈਨੀਫਿਟਸ ਪ੍ਰਾਪਤ ਕਰਨ ਵਾਲਿਆਂ ਖਿਲਾਫ਼ ਹੋਵੇਗੀ ਕਾਰਵਾਈ। ਏਜੰਸੀ $9.53 ਬਿਲੀਅਨ ਓਵਰ ਪੇਮੈਂਟ ਦੀ ਵਸੂਲੀ ਲਈ ਕਰ ਰਹੀ ਹੈ ਕੰਮ। ਆਮ ਚੋਣਾਂ ਤੋਂ ਪਹਿਲਾਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਵੱਡਾ ਝਟਕਾ। ਪੀਅਰੇ ਪੋਲੀਏਵਰੇ ਕੈਨੇਡਾ ਦੇ ਸਭ ਤੋਂ ਪਸੰਦੀਦਾ ਲੀਡਰ ਵਜੋਂ ਉਭਰੇ। ਕੈਨੇਡਾ 'ਚ ਇੱਕ ਹਫ਼ਤੇ ਤੋਂ ਲਾਪਤਾ ਪੰਜਾਬੀ ਨੌਜਵਾਨ ਦੀ ਮੌਤ ਦੀ ਖ਼ਬਰ ਮਿਲੀ ਹੈ। ਦੱਸਿਆ ਜਾ ਰਿਹਾ ਕਿ ਨੌਜਵਾਨ ਨੇ ਨਿਆਗਰਾ ਫਾਲਸ ਤੋਂ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ। ਜਾਣਕਾਰੀ ਮੁਤਾਬਕ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਅੱਬੂਵਾਲ ਦਾ 22 ਸਾਲਾ ਨੌਜਵਾਨ ਚਰਨਦੀਪ ਸਿੰਘ ਕੈਨੇਡਾ ਦੇ ਬ੍ਰੈਂਪਟਨ ਸ਼ਹਿਰ 'ਚ ਪਿਛਲੇ ਇੱਕ ਹਫ਼ਤੇ ਤੋਂ ਲਾਪਤਾ ਸੀ। ਕਿਸਾਨ ਜੋਰਾ ਸਿੰਘ ਦਾ ਪੁੱਤਰ ਕਰੀਬ 10 ਮਹੀਨੇ ਪਹਿਲਾਂ ਪੜ੍ਹਨ ਲਈ ਕੈਨੇਡਾ ਗਿਆ ਸੀ। ਇਹ ਵੀ ਦੱਸਿਆ ਜਾ ਰਿਹਾ ਕਿ ਬੀਤੇ ਵੀਰਵਾਰ ਚਰਨਦੀਪ ਸਿੰਘ ਸਵੇਰੇ ਆਪਣੇ ਦੋਸਤਾਂ ਨੂੰ ਨਿਆਗਰਾ ਫਾਲਸ ਨੇੜੇ ਕੰਮ ਉੱਪਰ ਜਾਣ ਬਾਰੇ ਕਹਿ ਕੇ ਗਿਆ ਪਰ ਵਾਪਸ ਨਹੀਂ ਆਇਆ। ਇਸ ਮਗਰੋਂ ਚਰਨਦੀਪ ਸਿੰਘ ਦੇ ਦੋਸਤਾਂ ਨੇ ਕੈਨੇਡਾ ਪੁਲਿਸ ਕੋਲ ਉਸ ਦੀ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ। ਇਸ ਮਗਰੋਂ ਮਾਪਿਆਂ ਨੂੰ ਉਸਦੇ ਦੋਸਤਾਂ ਤੋਂ ਇਸ ਬਾਰੇ ਜਾਣਕਾਰੀ ਮਿਲੀ। ਕੈਨੇਡੀਅਨ ਪੁਲਿਸ ਅਧਿਕਾਰੀ ਡਸਟਿਨ ਬਾਲਸਨ ਨੇ ਚਰਨਦੀਪ ਦੇ ਕੈਨੇਡਾ ਰਹਿੰਦੇ ਚਾਚਾ ਸੁਖਵਿੰਦਰ ਸਿੰਘ ਨੂੰ ਵੀ ਇਹ ਦੱਸਿਆ ਕਿ ਪਿਛਲੇ 15 ਦਿਨਾਂ ਦੌਰਾਨ ਨਿਆਗਰਾ ਫਾਲਸ ਤੋਂ ਅੱਧੀ ਦਰਜਨ ਤੋਂ ਵੱਧ ਲਾਸ਼ਾਂ ਮਿਲੀਆਂ ਨੇ। ਸਾਰੀਆਂ ਲਾਸ਼ਾਂ ਦੀ ਹਾਲਤ ਬਹੁਤ ਖਰਾਬ ਹੋਣ ਕਾਰਨ ਉਹਨਾਂ ਦੀ ਸ਼ਨਾਖਤ ਕਰਨੀ ਔਖੀ ਹੋ ਰਹੀ ਸੀ। ਭਾਵੇਂ ਕਿਰਾਏ ਦੇ ਮਕਾਨ 'ਚ ਚਰਨਦੀਪ ਨਾਲ ਰਹਿੰਦੇ 4 ਦੋਸਤਾਂ ਨੇ ਲਾਸ਼ ਦੀ ਸ਼ਨਾਖਤ ਕਰ ਲਈ ਹੈ, ਪਰ ਇਹ ਯਕੀਨੀ ਬਣਾਉਣ ਲਈ ਕਿ ਸਾਰੀਆਂ ਲਾਸ਼ਾਂ ਦਾ DNA ਟੈਸਟ ਕਰਵਾਉਣ ਤੋਂ ਬਾਅਦ ਹੀ ਚਰਨਦੀਪ ਦੀ ਲਾਸ਼ ਉਸਦੇ ਪਰਿਵਾਰ ਦੇ ਹਵਾਲੇ ਕੀਤੀ ਜਾਵੇਗੀ। ਕੈਨੇਡਾ ਦੇ ਫੌਜ ਮੁਖੀ ਦਾ ਕਹਿਣਾ ਹੈ ਕਿ ਇਜ਼ਰਾਈਲ ਅਤੇ ਹਿਜ਼ਬੁੱਲਾ ਦਰਮਿਆਨ ਪੂਰੇ ਪੈਮਾਨੇ ਦੀ ਜੰਗ ਸ਼ੁਰੂ ਹੋਣ ਦੀ ਸੰਭਾਵੀ ਸਥਿਤੀ ਦੇ ਮੱਦੇਨਜ਼ਰ ਕੈਨੇਡੀਅਨ ਮਿਲਟਰੀ ਨੇ ਲਬਨਾਨ 'ਚੋਂ ਕਰੀਬ 20,000 ਕੈਨੇਡੀਅਨ ਨਾਗਰਿਕਾਂ ਦੀ ਅਚਨਚੇਤ ਨਿਕਾਸੀ ਦੀ ਯੋਜਨਾ ਉਲੀਕੀ ਹੈ। ਹਾਲਾਂਕਿ ਇਹ ਯੋਜਨਾਵਾਂ ਸਹਿਯੋਗੀ ਦੇਸ਼ਾਂ ਦੀ ਮਦਦ 'ਤੇ ਬਹੁਤ ਜ਼ਿਆਦਾ ਨਿਰਭਰ ਕਰਨਗੀਆਂ। ਕੈਨੇਡਾ ਦੇ ਚੀਫ ਆਫ ਡਿਫੈਂਸ ਸਟਾਫ ਜਨਰਲ ਵੇਨ ਆਇਰ ਨੇ ਮੀਡੀਆ ਨੂੰ ਦਿੱਤੇ ਇੱਕ ਇੰਟਰਵਿਊ 'ਚ ਇਹ ਟਿੱਪਣੀਆਂ ਕੀਤੀਆਂ। ਜਨਰਲ ਆਇਰ ਅਗਲੇ ਮਹੀਨੇ ਸੇਵਾ ਮੁਕਤ ਹੋ ਰਹੇ ਨੇ। ਉਹਨਾਂ ਨੇ ਕਿਹਾ ਕਿ ਕੈਨੇਡਾ ਇਕੱਲਾ ਅਜਿਹਾ ਨਹੀਂ ਕਰ ਸਕਦਾ ਅਤੇ ਇਸ ਕੋਸ਼ਿਸ਼ ਨੂੰ ਸਿਰੇ ਚੜ੍ਹਾਉਣ ਲਈ ਸਹਿਯੋਗੀਆਂ ਦੀ ਕਾਫੀ ਜ਼ਰੂਰਤ ਹੋਵੇਗੀ। ਜਨਰਲ ਆਇਰ ਨੇ ਕਿਹਾ ਕਿ ਕੈਨੇਡੀਅਨ ਸਰਕਾਰ ਦੇ ਸੰਦਰਭ 'ਚ ਗਲੋਬਲ ਅਫੇਅਰਜ਼ ਕੈਨੇਡਾ ਇੰਚਾਰਜ ਹੈ, ਪਰ ਸਹਿਯੋਗੀ ਫੌਜੀ ਲੀਡਰਜ਼ ਜਿਨ੍ਹਾਂ ਨੂੰ ਲੋਕਾਂ ਨੂੰ ਕੱਢ ਕੇ ਲਿਆਉਣ ਦਾ ਕਾਰਜ ਪੂਰਾ ਕਰਨਾ ਹੋਵੇਗਾ ਨੇ ਇਸ ਬਾਰੇ ਚਰਚਾ ਕਰਨ ਲਈ ਮੁਲਾਕਾਤ ਕੀਤੀ ਅਤੇ ਇਸ ਨੂੰ ਸੁਰੱਖਿਅਤ ਢੰਗ ਨਾਲ ਕਿਵੇਂ ਕੀਤਾ ਜਾ ਸਕਦਾ ਹੈ। ਵਿਦੇਸ਼ ਮੰਤਰੀ ਮੈਲਨੀ ਜੋਲੀ ਨੇ ਕੈਨੇਡੀਅਨਜ਼ ਨੂੰ ਜਲਦੀ ਤੋਂ ਜਲਦੀ ਲਬਨਾਨ ਛੱਡਣ ਦੀ ਚੇਤਾਵਨੀ ਦਿੱਤੀ ਸੀ। ਜੋਲੀ ਅਤੇ ਉਹਨਾਂ ਦੇ ਇਜ਼ਰਾਈਲੀ ਹਮਰੁਤਬਾ ਇਜ਼ਰਾਈਲ ਕੈਟਸ ਦਰਮਿਆਨ ਹਾਲੀਆ ਗੱਲਬਾਤ ਤੋਂ ਬਾਅਦ ਇਜ਼ਰਾਈਲ ਦੇ ਮੀਡੀਆ ਨੇ ਖਬਰ ਛਾਪੀ ਸੀ ਕਿ ਕੈਨੇਡਾ ਕਰੀਬ 45,000 ਲੋਕਾਂ ਨੂੰ ਕੱਢ ਕੇ ਲਿਆਉਣ ਦੀ ਯੋਜਨਾ ਬਣਾ ਰਿਹਾ ਹੈ। 18 ਸਾਲ ਪਹਿਲਾਂ ਇਜ਼ਰਾਈਲ ਅਤੇ ਹਿਜ਼ਬੁੱਲਾ ਦਰਮਿਆਨ ਜੰਗ ਲੱਗਣ ਤੋਂ ਬਾਅਦ ਕੈਨੇਡੀਅਨ ਫੌਜਾਂ ਨੇ 2 ਹਫ਼ਤਿਆਂ ਦੇ ਅੰਦਰ ਕਰੀਬ 15,000 ਕੈਨੇਡੀਅਨਜ਼ ਨੂੰ ਲੈਬਲਾਨ 'ਚੋਂ ਕੱਢ ਲਿਆਂਦਾ ਸੀ। ਤਿਆਰੀ ਦੇ ਬਾਵਜੂਦ ਜਨਰਲ ਆਇਰ ਦਾ ਕਹਿਣਾ ਹੈ ਕਿ ਉਹ ਇਜ਼ਰਾਈਲ ਅਤੇ ਹਿਜ਼ਬੁੱਲਾ ਦਰਮਿਆਨ ਜੰਗ ਲੱਗਣ ਦੀ ਸੰਭਾਵਨਾ ਕਰਕੇ ਕਾਫ਼ੀ ਫਿਕਰਮੰਦ ਨੇ। ਕੈਨੇਡਾ ਰਿਵਿਊ ਏਜੰਸੀ ਉਹਨਾਂ ਲੋਕਾਂ ਖਿਲਾਫ਼ ਕਾਨੂੰਨੀ ਕਾਰਵਾਈ ਦੀ ਤਿਆਰੀ ਕਰ ਰਹੀ ਹੈ ਜਿਨ੍ਹਾਂ ਨੇ ਯੋਗ ਨਾ ਹੋਣ ਦੇ ਬਾਵਜੂਦ COVID-19 ਮਹਾਂਮਾਰੀ ਬੈਨੀਫਿਟਸ ਪ੍ਰਾਪਤ ਕੀਤੇ ਸਨ। CRA ਦੁਆਰਾ ਜਾਰੀ ਕੀਤੇ ਗਏ ਇੱਕ ਬਿਆਨ ਦੇ ਅਨੁਸਾਰ ਜਿਨ੍ਹਾਂ ਵਿਅਕਤੀਆਂ ਨੇ ਜਵਾਬ ਨਹੀਂ ਦਿੱਤਾ ਜਾਂ ਸਹਿਯੋਗ ਨਹੀਂ ਕੀਤਾ ਅਤੇ ਉਹ ਭੁਗਤਾਨ ਕਰਨ ਦੀ ਵਿੱਤੀ ਸਮਰੱਥਾ ਰੱਖਣ ਵਾਲਿਆਂ ਵਜੋਂ ਨਿਰਧਾਰਤ ਕੀਤੇ ਗਏ ਨੇ, ਉਹਨਾਂ ਨੂੰ ਅਗਲੇ ਮਹੀਨੇ ਕਾਨੂੰਨੀ ਚੇਤਾਵਨੀਆਂ ਮਿਲਣੀਆਂ ਸ਼ੁਰੂ ਹੋ ਜਾਣਗੀਆਂ। CRA ਦਾ ਕਹਿਣਾ ਹੈ ਕਿ ਜੇਕਰ ਕਾਨੂੰਨੀ ਚੇਤਾਵਨੀਆਂ ਲੋਕਾਂ ਨੂੰ ਸਰਕਾਰ ਨਾਲ ਸਹਿਯੋਗ ਕਰਨ ਲਈ ਪ੍ਰੇਰਿਤ ਨਹੀਂ ਕਰਦੀਆਂ ਤਾਂ ਬਕਾਇਆ ਪੈਸੇ ਦੀ ਵਸੂਲੀ ਲਈ ਕਾਨੂੰਨੀ ਉਪਾਅ ਕੀਤੇ ਜਾ ਸਕਦੇ ਨੇ।
ਮਈ 'ਚ CRA ਨੇ ਮੀਡੀਆ ਨੂੰ ਦੱਸਿਆ ਕਿ ਪਿਛਲੇ ਸਾਲ ਦੇ ਅੰਤ 'ਚ ਏਜੰਸੀ ਨੇ ਗਲਤ ਮਹਾਮਾਰੀ ਬੈਨੀਫਿਟ ਭੁਗਤਾਨਾਂ 'ਚ ਲਗਭਗ $1.8 billion ਦੀ ਵਸੂਲੀ ਕੀਤੀ ਸੀ। CRA ਤੋਂ ਇਸ ਬਾਬਤ ਨਵੇਂ ਅਪਡੇਟ ਕੀਤੇ ਅੰਕੜੇ ਮੰਗੇ ਗਏ ਪਰ ਏਜੰਸੀ ਨੇ ਪ੍ਰਦਾਨ ਨਹੀਂ ਕੀਤੇ। ਏਜੰਸੀ ਨੇ ਕਿਹਾ ਕਿ ਉਹ 5 ਵੱਖ-ਵੱਖ ਮਹਾਮਾਰੀ ਬੈਨੀਫਿਟਸ ਤਹਿਤ ਕੀਤੇ ਗਏ ਵਾਧੂ ਭੁਗਤਾਨਾਂ 'ਚ $9.53 billion ਦੀ ਵਸੂਲੀ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। CRA ਨੇ ਕਿਹਾ ਕਿ ਗਲਤ ਅਦਾਇਗੀਆਂ ਨੂੰ ਮੁੜ ਵਸੂਲ ਕਰਨ ਦੀਆਂ ਕੋਸ਼ਿਸ਼ਾਂ 2020 'ਚ ਸ਼ੁਰੂ ਹੋਈਆਂ ਸਨ ਅਤੇ 2025 ਤੱਕ ਜਾਰੀ ਰਹਿਣਗੀਆਂ। ਵਿਭਾਗ ਦਾ ਕਹਿਣਾ ਹੈ ਕਿ ਜਿਹੜੇ ਲੋਕ ਬੈਨੀਫਿਟਸ ਲਈ ਅਯੋਗ ਪਾਏ ਗਏ ਨੇ ਉਹਨਾਂ ਨਾਲ ਸੰਪਰਕ ਕੀਤਾ ਗਿਆ ਸੀ, ਜਾਂ ਤਾਂ ਉਹਨਾਂ ਨੂੰ ਸਾਬਤ ਕਰਨ ਦਾ ਮੌਕਾ ਦਿੱਤਾ ਗਿਆ ਸੀ ਕਿ ਉਹ ਯੋਗ ਸਨ, ਜਾਂ ਉਹਨਾਂ ਨੂੰ ਦੱਸਿਆ ਗਿਆ ਸੀ ਕਿ ਉਹਨਾਂ ਦਾ ਕਿੰਨਾ ਬਕਾਇਆ ਹੈ। ਮਈ 2022 'ਚ CRA ਨੇ ਲੋਕਾਂ ਨੂੰ ਨੋਟਿਸ ਭੇਜੇ ਕਿ ਹੁਣ ਉਹਨਾਂ ਲੋਕਾਂ ਦੇ CRA ਖਾਤਿਆਂ 'ਤੇ ਕਰਜ਼ਾ ਹੈ। ਏਜੰਸੀ ਨੇ ਫਰਵਰੀ 2023 'ਚ ਲੋਕਾਂ ਨੂੰ ਚਿੱਠੀਆਂ ਭੇਜ ਕੇ ਦੱਸਿਆ ਕਿ ਵਾਧੂ ਭੁਗਤਾਨ ਤੁਹਾਨੂੰ ਪ੍ਰਾਪਤ ਹੋਇਆ ਅਤੇ ਉਹਨਾਂ ਨੇ ਬੈਨੀਫਿਟਸ ਨੂੰ ਵਾਪਸ ਕਰਨ ਲਈ ਵੀ ਕੋਈ ਕੋਸ਼ਿਸ਼ ਨਹੀਂ ਕੀਤੀ। ਸਰਕਾਰ ਕੋਵਿਡ ਬੈਨੀਫਿਟਸ ਪ੍ਰਾਪਤ ਕਰਨ ਵਾਲੇ ਅਯੋਗ ਲੋਕਾਂ ਦੇ ਟੈਕਸ ਰਿਫੰਡ ਅਤੇ ਹੋਰ ਬੈਨੀਫਿਟ ਰੋਕ ਕੇ ਵੀ ਆਪਣਾ ਬਕਾਇਆ ਪੈਸਾ ਵਸੂਲ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। CRA ਦਾ ਕਹਿਣਾ ਹੈ ਕਿ ਵਾਪਸ ਭੁਗਤਾਨ ਕਰਨ ਦੇ ਬਹੁਤ ਸਾਰੇ ਵਿਕਲਪ ਹਨ ਅਤੇ ਏਜੰਸੀ ਉਹਨਾਂ ਕੈਨੇਡੀਅਨਸ ਨਾਲ ਕੰਮ ਕਰਨ ਲਈ ਤਿਆਰ ਹੈ ਜਿਹੜੇ ਆਪਣਾ ਕਰਜ਼ਾ ਮੋੜਨ ਲਈ ਸਹਿਮਤ ਨੇ, ਪਰ ਜਿਨ੍ਹਾਂ ਕੋਲ ਸੀਮਤ ਸਰੋਤ ਹਨ। ਜਿਨ੍ਹਾਂ ਲੋਕਾਂ ਨੂੰ ਦੱਸਿਆ ਗਿਆ ਹੈ ਕਿ ਉਹਨਾਂ ਦੀ ਬੈਨੀਫਿਟਸ ਲਈ ਯੋਗਤਾ ਰੱਦ ਕੀਤੀ ਗਈ ਹੈ, ਉਹ ਲੋਕ ਆਪਣਾ ਕੇਸ ਰਿਵਿਊ ਕਰਵਾ ਸਕਦੇ ਨੇ। ਇਸ ਤੋਂ ਬਾਅਦ ਉਹਨਾਂ ਕੋਲ ਅਦਾਲਤ ਦਾ ਰਾਹ ਅਖਤਿਆਰ ਕਰਨ ਦਾ ਵੀ ਵਿਕਲਪ ਹੈ। ਕੈਨੇਡਾ 'ਚ ਅਗਲੇ ਸਾਲ ਹੋਣ ਵਾਲੀਆਂ ਆਮ ਚੋਣਾਂ ਤੋਂ ਪਹਿਲਾਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਵੱਡਾ ਝਟਕਾ ਲੱਗਾ ਹੈ। ਟੋਰਾਂਟੋ ਸੀਟ ਲਈ ਉਪ ਚੋਣਾਂ 'ਚ ਟਰੂਡੋ ਦੀ ਲਿਬਰਲ ਪਾਰਟੀ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਇਹ ਸੀਟ 30 ਸਾਲਾਂ ਤੱਕ ਲਿਬਰਲ ਪਾਰਟੀ ਕੋਲ ਸੀ। ਇਸ ਹਾਰ ਤੋਂ ਬਾਅਦ ਟਰੂਡੋ ਦੀ ਲੀਡਰਸ਼ਿਪ 'ਤੇ ਸਵਾਲ ਉੱਠ ਰਹੇ ਨੇ। ਐਬੈਕਸ ਦੇ ਸਰਵੇਖਣ ਮੁਤਾਬਕ ਕੰਜ਼ਰਵੇਟਿਵ ਪਾਰਟੀ ਟਰੂਡੋ ਦੀ ਲਿਬਰਲ ਪਾਰਟੀ ਤੋਂ 20 ਅੰਕ ਅੱਗੇ ਹੈ। 59% ਕੈਨੇਡੀਅਨ ਟਰੂਡੋ ਬਾਰੇ ਨਕਾਰਾਤਮਕ ਰਾਏ ਰੱਖਦੇ ਨੇ। ਨਵੇਂ ਸਰਵੇਖਣ 'ਚ ਕਿਹਾ ਗਿਆ ਹੈ ਕਿ ਜੇਕਰ ਟਰੂਡੋ ਅਸਤੀਫਾ ਦੇ ਦਿੰਦੇ ਨੇ ਤਾਂ ਵੀ ਸਥਿਤੀ 'ਚ ਸੁਧਾਰ ਹੋਣ ਦੀ ਸੰਭਾਵਨਾ ਨਹੀਂ। ਵਿਰੋਧੀ ਧਿਰ ਦੇ ਨੇਤਾ ਪੀਅਰੇ ਪੋਲੀਏਵਰੇ ਕੈਨੇਡਾ ਦੇ ਸਭ ਤੋਂ ਪਸੰਦੀਦਾ ਪ੍ਰਧਾਨ ਮੰਤਰੀ ਉਮੀਦਵਾਰ ਵਜੋਂ ਉੱਭਰੇ ਨੇ। ਗਲੋਬਲ ਨਿਊਜ਼ ਦੇ ਸਰਵੇਖਣ 'ਚ 40% ਲੋਕਾਂ ਨੇ ਉਹਨਾਂ ਨੂੰ ਪ੍ਰਧਾਨ ਮੰਤਰੀ ਵਜੋਂ ਪਸੰਦ ਕੀਤਾ ਹੈ ਅਤੇ 31% ਲੋਕਾਂ ਨੇ PM ਟਰੂਡੋ ਨੂੰ ਪਸੰਦ ਕੀਤਾ ਹੈ। ਪੀਅਰੇ ਨੇ ਛੇਤੀ ਚੋਣ ਦੀ ਮੰਗ ਕੀਤੀ ਹੈ। ਇਤਿਹਾਸ ਸਿਰਫ ਜਿੱਤ ਕੇ ਹੀ ਨਹੀਂ ਰਚਿਆ ਜਾਂਦਾ, ਕਈ ਵਾਰ ਹਾਰ ਨਾਲ ਵੀ ਇਤਿਹਾਸ ਬਣਾਇਆ ਜਾ ਸਕਦਾ ਹੈ। ਸੋਮਵਾਰ ਨੂੰ ਫੈਲਿਕਸ ਐਂਟੋਇਨ ਹੈਮਲ ਕੈਨੇਡੀਅਨ ਇਤਿਹਾਸ 'ਚ ਪਹਿਲਾ ਸ਼ਖਸ ਬਣਿਆ ਜਿਸ ਨੂੰ ਚੋਣ ਦੌਰਾਨ ਇੱਕ ਵੀ ਵੋਟ ਨਹੀਂ ਮਿਲੀ। ਟੋਰਾਂਟੋ ਸੇਂਟ ਪੌਲਸ ਦੀ ਜ਼ਿਮਨੀ ਚੋਣ 'ਚ ਇਸ ਪੱਖੋਂ ਇਹ ਇਤਿਹਾਸਕ ਸੀ ਕਿ ਪਹਿਲੀ ਵਾਰੀ ਕਿਸੇ ਇੱਕ ਰਾਈਡਿੰਗ 'ਚ 84 ਉਮੀਦਵਾਰ ਚੋਣ ਲੜ ਰਹੇ ਸਨ। ਇਹਨਾਂ ਵਿੱਚੋਂ ਹੈਮਲ ਵੀ ਇੱਕ ਸੀ। ਹੈਮਲ ਨੇ ਕੈਨੇਡਾ ਦੇ ਫਸਟ ਪਾਸਟ ਦਾ ਪੋਸਟ ਸਿਸਟਮ ਚੋਣ ਪ੍ਰਣਾਲੀ ਦੇ ਵਿਰੋਧ ਦੇ ਹਿੱਸੇ ਵਜੋਂ ਆਪਣੀ ਨਾਮਜ਼ਦਗੀ ਭਰੀ ਸੀ। 45 ਸਾਲ ਦਾ ਸੰਗੀਤਕਾਰ ਫੈਲਿਕਸ ਹੈਮਲ ਮੌਂਟਰੀਅਲ ਦਾ ਰਹਿਣ ਵਾਲਾ ਹੈ ਅਤੇ ਉਸਨੂੰ ਆਪਣੀ ਹਾਰ 'ਤੇ ਕੋਈ ਹੈਰਾਨੀ ਨਹੀਂ ਹੈ। ਮੀਡੀਆ ਨਾਲ ਗੱਲ ਕਰਦਿਆਂ ਹੈਮਲ ਨੇ ਕਿਹਾ, ਜਦੋਂ ਮੈਂ ਨਤੀਜਾ ਦੇਖਿਆ ਮੈਂ ਸੋਚਿਆ ਕਿ ਮੈਂ ਤਾਂ ਸੱਚਮੁੱਚ ਏਕਤਾ ਵਾਲਾ ਉਮੀਦਵਾਰ ਹਾਂ, ਹਰ ਕੋਈ ਮੈਨੂੰ ਵੋਟ ਨਾ ਪਾਉਣ ਲਈ ਸਹਿਮਤ ਹੈ। ਕੈਨੇਡਾ ਦੇ ਹੋਂਦ 'ਚ ਆਉਣ ਤੋਂ ਬਾਅਦ ਹੈਮਲ ਵਾਹਿਦ ਪਹਿਲਾ ਫੈਡਰਲ ਉਮੀਦਵਾਰ ਹੈ ਜਿਸ ਨੂੰ ਕਈ ਉਮੀਦਵਾਰਾਂ ਵਾਲੀ ਰਾਈਡਿੰਗ 'ਚੋਂ ਇੱਕ ਵੀ ਵੋਟ ਨਹੀਂ ਮਿਲੀ। ਪਾਰਲੀਮੈਂਟ ਡਾਟਾਬੇਸ ਲਾਇਬ੍ਰੇਰੀ ਦੇ ਅਨੁਸਾਰ ਪਹਿਲਾਂ ਵੀ ਸੈਂਕੜੇ ਉਮੀਦਵਾਰ ਅਜਿਹੇ ਰਹੇ ਨੇ ਜਿਨ੍ਹਾਂ ਨੂੰ ਕੋਈ ਵੋਟ ਨਹੀਂ ਮਿਲੀ, ਪਰ ਉਹਨਾਂ ਕੇਸਾਂ 'ਚ ਉਮੀਦਵਾਰ ਫਿਰ ਵੀ ਆਪਣੀ ਸੀਟ ਜਿੱਤ ਗਏ ਸਨ ਕਿਉਂਕਿ ਉਹਨਾਂ ਦਾ ਕੋਈ ਵਿਰੋਧੀ ਉਮੀਦਵਾਰ ਨਹੀਂ ਸੀ। ਆਖਰੀ ਵਾਰੀ ਅਜਿਹੀ ਸੀਟ 1957 'ਚ ਓਨਟੈਰੀਓ ਦੇ ਲਨਾਰਕ ਦੀ ਜ਼ਿਮਨੀ ਚੋਣ 'ਚ ਜਿੱਤੀ ਗਈ ਸੀ। ਹੈਮਲ ਨੇ ਕਿਹਾ ਕਿ ਚੋਣ ਸੁਧਾਰਾਂ ਦੀ ਮੰਗ ਕਰਨ ਵਾਲੇ ਇੱਕ ਸਮੂਹ ਲੌਂਗੈਸਟ ਬੈਲਟ ਕਮੇਟੀ ਨਾਲ ਕੰਮ ਕਰਨ ਵਾਲੇ ਇੱਕ ਦੋਸਤ ਦੁਆਰਾ ਉਸ ਨਾਲ ਸੰਪਰਕ ਕਰਨ ਤੋਂ ਬਾਅਦ ਉਸਨੇ ਚੋਣ 'ਚ ਆਪਣਾ ਨਾਮ ਦਿੱਤਾ ਸੀ। ਹੈਮਲ ਨੇ ਮਜ਼ਾਕੀਆ ਲਹਿਜੇ 'ਚ ਕਿਹਾ
ਕਿ ਉਸਨੇ ਕਦੀ ਨਹੀਂ ਸੀ ਸੋਚਿਆ ਕਿ ਉਹ ਵੀ ਕਿਸੇ ਦਿਨ ਇਤਿਹਾਸ ਰਚੇਗਾ। ਇੱਕ ਔਰਤ ਜਿਸ ਨੇ ਆਪਣੀਆਂ ਜੁੜਵਾਂ ਧੀਆਂ ਦੀ ਸਿੱਖਿਆ ਲਈ ਇਨੁਇਟ ਮੂਲ ਨਿਵਾਸੀ ਸੰਸਥਾਵਾਂ ਨਾਲ $158,000 ਤੋਂ ਵੱਧ ਦੀ ਧੋਖਾਧੜੀ ਕਰਨ ਦਾ ਜੁਰਮ ਸਵੀਕਾਰ ਕੀਤਾ ਹੈ ਨੂੰ 3 ਸਾਲ ਦੀ ਸਜ਼ਾ ਸੁਣਾਈ ਗਈ ਹੈ। ਕਰੀਮਾ ਮਾਂਜੀ ਨੂੰ ਇਕਾਨਲੂਇਟ ਦੀ ਅਦਾਲਤ 'ਚ ਸਜ਼ਾ ਸੁਣਾਈ ਗਈ। ਮਾਂਜੀ ਨੇ 2016 'ਚ ਆਪਣੀਆਂ ਧੀਆਂ ਨੂੰ ਇਨੁਇਟ ਬੱਚਿਆਂ ਵਜੋਂ ਦਾਖਲਾ ਕਰਵਾਉਣ ਲਈ ਫਾਰਮ ਭਰੇ ਤਾਂ ਜੋ ਉਹ ਨੂਨਾਵੂਟ ਤੁਨਗਾਵਿਕ ਇੰਕ ਦੁਆਰਾ ਨੂਨਾਵੂਟ ਜ਼ਮੀਨ ਦੇ ਦਾਅਵੇ ਦੇ ਲਾਭਪਾਤਰੀ ਬਣ ਸਕਣ। ਫਾਰਮਾਂ 'ਚ ਮਾਂਜੀ ਨੇ ਦੱਸਿਆ ਕਿ ਉਸ ਦੀਆਂ ਧੀਆਂ ਦਾ ਜਨਮ ਇਕਲੂਇਟ ਦੀ ਔਰਤ ਮਰਹੂਮ ਕਿਟੀ ਨੂਹ ਦੇ ਘਰ ਹੋਇਆ ਸੀ। ਮਾਂਜੀ ਨੇ ਉਹਨਾਂ ਦੀ ਗੋਦ ਲੈਣ ਵਾਲੀ ਮਾਂ ਹੋਣ ਦਾ ਦਾਅਵਾ ਕੀਤਾ ਸੀ। ਉਹਨਾਂ ਅਰਜ਼ੀਆਂ ਨੂੰ ਮਨਜ਼ੂਰੀ ਦੇ ਦਿੱਤੀ ਗਈ ਅਤੇ ਦੋਵੇਂ ਬੱਚਿਆਂ ਨੂੰ ਇਨੁਇਟ ਦਾ ਦਰਜਾ ਮਿਲ ਗਿਆ, ਜਿਸ ਨਾਲ ਉਹਨਾਂ ਨੂੰ ਕਾਕੀਵਾਕ ਐਸੋਸੀਏਸ਼ਨ ਵਰਗੀਆਂ ਸੰਸਥਾਵਾਂ ਤੱਕ ਪਹੁੰਚ ਪ੍ਰਦਾਨ ਹੋਈ, ਜੋ ਕਿ ਇਨੁਇਟ ਭਾਈਚਾਰੇ ਦੇ ਬੱਚਿਆਂ ਲਈ ਵਜ਼ੀਫੇ ਅਤੇ ਕਾਰੋਬਾਰੀ ਮੌਕਿਆਂ ਦੀ ਪੇਸ਼ਕਸ਼ ਕਰਦੀ ਹੈ। NTI ਨੇ ਜਾਂਚ ਕੀਤੀ ਅਤੇ April 2023 'ਚ ਮਾਂਜੀ ਦੀਆਂ ਧੀਆਂ ਨੂੰ ਦਾਖਲਾ ਸੂਚੀ ਤੋਂ ਹਟਾ ਦਿੱਤਾ ਗਿਆ। ਮਾਂਜੀ ਨੇ $130,000 ਵਾਪਸ ਕਰ ਦਿੱਤੇ ਨੇ ਅਤੇ ਉਸ ਨੂੰ ਕਾਕੀਵੈਕ ਐਸੋਸੀਏਸ਼ਨ ਨੂੰ ਵੀ $28,254 ਵਾਪਸ ਕਰਨੇ ਪੈਣਗੇ। ਮਾਂਜੀ ਦੇ ਵਕੀਲ ਸਕੌਟ ਕੋਵਨ ਨੇ ਇਸ ਹਫ਼ਤੇ ਆਪਣੇ ਸਬਮਿਸ਼ਨ 'ਚ ਕਿਹਾ ਸੀ ਕਿ ਮਾਂਜੀ ਆਪਣੇ 3 ਬੱਚਿਆਂ ਦੀ ਦੇਖਰੇਖ ਕਰਦੀ ਹੈ ਅਤੇ ਮਿਨੀਮਮ ਵੇਜ 'ਤੇ ਕੰਮ ਕਰਦੀ ਹੈ। ਵਕੀਲ ਨੇ ਸਜ਼ਾ ਘੱਟ ਕਰਵਾਉਣ ਲਈ ਇਹ ਦਲੀਲ ਵੀ ਦਿੱਤੀ ਸੀ ਕਿ ਮਾਂਜੀ ਕੁਝ ਪੈਸਾ ਵਾਪਸ ਵੀ ਕਰ ਚੁੱਕੀ ਹੈ, ਪਰ ਜੱਜ ਮੀਆ ਮੋਨੋਸ਼ੀਓ ਨੇ ਇਹਨਾਂ ਦਲੀਲਾਂ ਨੂੰ ਰੱਦ ਕਰਦਿਆਂ ਸਰਕਾਰੀ ਵਕੀਲ ਦੁਆਰਾ 18 ਮਹੀਨਿਆਂ ਦੀ ਸਜ਼ਾ ਦੀ ਮੰਗ ਤੋਂ ਵੀ ਅਗਾਂਹ ਜਾਂਦਿਆਂ ਮਾਂਜੀ ਨੂੰ 3 ਸਾਲ ਦੀ ਸਜ਼ਾ ਸੁਣਾਈ। ਮਾਂਜੀ ਨੇ ਜੱਜ ਨੂੰ ਕਿਹਾ ਕਿ ਇਹ ਸਜ਼ਾ ਲੋਕਾਂ ਲਈ ਸਬਕ ਹੋਵੇਗੀ ਜੋ ਵਿੱਤੀ ਲਾਭਾਂ ਲਈ ਮੂਲ ਨਿਵਾਸੀ ਪਛਾਣ ਦੀ ਧੋਖਾਧੜੀ ਕਰਦੇ ਨੇ। ਕੈਨੇਡਾ ਦੇ ਜੰਗਲਾਂ 'ਚ April 2023 'ਚ ਗਰਮੀ ਕਾਰਨ ਲੱਗੀ ਭਿਆਨਕ ਅੱਗ ਨੇ ਭਾਰਤ ਦੇ ਮੁਕਾਬਲੇ ਵੱਧ ਕਾਰਬਨ ਡਾਈਆਕਸਾਈਡ ਛੱਡੀ। ਗਰਮੀ ਪੈਦਾ ਕਰਨ ਵਾਲੀ ਇਸ ਗੈਸ ਨੇ ਭਾਰਤ 'ਚ ਸਾੜੇ ਗਏ ਜੈਵਿਕ ਬਾਲਣ ਦੇ ਮੁਕਾਬਲੇ ਦੁਨੀਆ 'ਚ ਵੱਧ ਪ੍ਰਦੂਸ਼ਣ ਫੈਲਾਉਣ ਦੇ ਨਾਲ ਹੀ ਤਾਪਮਾਨ 'ਚ ਵੀ ਵਾਧਾ ਕੀਤਾ। ਇਹ ਖੁਲਾਸਾ ਵਿਸ਼ਵ ਸੰਸਾਧਨ ਸੰਸਥਾਨ ਅਤੇ ਮੈਰੀਲੈਂਡ ਯੂਨੀਵਰਸਿਟੀ ਦੇ ਵਿਗਿਆਨੀਆਂ ਦੁਆਰਾ ਗਲੋਬਲ ਚੇਂਜ ਬਾਇਓਲੋਜੀ 'ਚ ਪ੍ਰਕਾਸ਼ਿਤ ਇੱਕ ਨਵੇਂ ਅਧਿਐਨ 'ਚ ਕੀਤਾ ਗਿਆ। ਸੋਧ 'ਚ ਦੇਖਿਆ ਗਿਆ ਕਿ ਕੈਨੇਡਾ 'ਚ ਇਸ ਜੰਗਲ ਦੀ ਅੱਗ ਦੁਆਰਾ ਛੱਡੀ ਗਈ ਕਾਰਬਨ ਡਾਈਆਕਸਾਈਡ ਨਾਲ ਪੱਛਮੀ ਵਰਜੀਨੀਆ ਤੋਂ ਵੀ ਵੱਡਾ ਨੁਕਸਾਨ ਹੋਇਆ ਸੀ। ਵਿਗਿਆਨੀਆਂ ਨੇ 2023 'ਚ ਕੈਨੇਡਾ 'ਚ ਮਹੀਨਿਆਂ ਤੱਕ ਲੱਗੀ ਅੱਗ ਦੇ ਵਿਨਾਸ਼ਕਾਰੀ ਪ੍ਰਭਾਵ ਦਾ ਮੁਲਾਂਕਣ ਕੀਤਾ। ਇਸ ਮੁਤਾਬਕ ਇਸਨੇ ਹਵਾ 'ਚ 3.28 ਬਿਲੀਅਨ ਟਨ ਗਰਮੀ ਪੈਦਾ ਕਰਨ ਵਾਲੀ ਕਾਰਬਨ ਡਾਈਆਕਸਾਈਡ ਛੱਡੀ ਸੀ। US ਵਾਤਾਵਰਣ ਸੁਰੱਖਿਆ ਏਜੰਸੀ ਦੇ ਅੰਕੜਿਆਂ ਅਨੁਸਾਰ ਇਹ ਕਾਰਬਨ ਡਾਈਆਕਸਾਈਡ ਦੀ ਲਗਭਗ ਓਨੀ ਹੀ ਮਾਤਰਾ ਹੈ ਜਿੰਨੀ 647 ਮਿਲੀਅਨ ਕਾਰਾਂ 1 ਸਾਲ 'ਚ ਹਵਾ 'ਚ ਛੱਡਦੀਆਂ ਨੇ। ਇਸ ਅੱਗ ਨੇ 1 ਸਾਲ 'ਚ ਹਵਾਈ ਜਹਾਜ਼ਾਂ ਨਾਲੋਂ ਲਗਭਗ 4 ਗੁਣਾ ਜ਼ਿਆਦਾ ਕਾਰਬਨ ਨਿਕਾਸੀ ਪੈਦਾ ਕੀਤੀ। ਇਹ ਮੁਲਾਂਕਣ WRI ਦੇ ਗਲੋਬਲ ਫੋਰੈਸਟ ਵਾਚ ਵਿਖੇ ਅਧਿਐਨ ਦੇ ਪ੍ਰਮੁੱਖ ਲੇਖਕ ਅਤੇ ਖੋਜ ਸਹਿਯੋਗੀ ਜੇਮਸ ਮੈਕਕਾਰਥੀ ਦੇ ਇੱਕ ਮੁਲਾਂਕਣ ਪੇਸ਼ ਕੀਤਾ ਹੈ। ਸਰੈਕਿਊਜ਼ ਯੂਨੀਵਰਸਿਟੀ ਦੇ ਭੂਗੋਲ ਅਤੇ ਵਾਤਾਵਰਣ ਦੇ ਪ੍ਰੋਫੈਸਰ ਜੇਕਬ ਬੈਂਡਿਕਸ ਨੇ ਕਿਹਾ ਕਿ ਇੰਨੇ ਜ਼ਿਆਦਾ ਜੰਗਲਾਂ ਦਾ ਨੁਕਸਾਨ ਇੱਕ ਵੱਡੀ ਗੱਲ ਹੈ ਅਤੇ ਵਿਸ਼ਵ ਦ੍ਰਿਸ਼ਟੀਕੋਣ ਤੋਂ ਬੇਹੱਦ ਚਿੰਤਾਜਨਕ ਹੈ, ਪਰ ਇਸ 'ਚ ਜਲਵਾਯੂ ਤਬਦੀਲੀ ਦੀ ਵੀ ਵੱਡੀ ਭੂਮਿਕਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਗਲੇ 2 ਹਫ਼ਤਿਆਂ ਤੱਕ ਰੂਸ ਜਾਣ ਦੀ ਯੋਜਨਾ ਬਣਾ ਰਹੇ ਨੇ। ਇਸ ਦਰਮਿਆਨ ਅਮਰੀਕਾ ਨੇ ਆਪਣੇ ਬਿਆਨ 'ਚ ਕਿਹਾ ਕਿ ਰੂਸ ਅਤੇ ਭਾਰਤ ਦੇ ਆਪਸੀ ਡੂੰਘੇ ਸੰਬੰਧ ਭਾਰਤ ਨੂੰ ਅੱਤ ਆਧੁਨਿਕ ਤਕਨਾਲੋਜੀ ਪ੍ਰਦਾਨ ਕਰਨ ਦੀਆਂ ਕੋਸ਼ਿਸ਼ਾਂ ਨੂੰ ਪ੍ਰਭਾਵਿਤ ਕਰ ਸਕਦੇ ਨੇ। ਅਮਰੀਕਾ ਨੇ ਭਾਰਤ ਅਤੇ ਰੂਸ ਦਰਮਿਆਨ ਵੱਧਦੇ ਸੰਬੰਧਾਂ ਨੂੰ ਲੈ ਕੇ ਆਪਣੀਆਂ ਚਿੰਤਾਵਾਂ ਉੱਚ ਪੱਧਰਾਂ 'ਤੇ ਜ਼ਾਹਰ ਕੀਤੀਆਂ ਨੇ। ਅਮਰੀਕੀ ਪ੍ਰਸ਼ਾਸਨ ਦਾ ਮੰਨਣਾ ਹੈ ਕਿ ਭਾਰਤ ਨਾਲ ਕੰਮ ਕਰਨ ਨਾਲ ਇਹ ਚਿੰਤਾਵਾਂ ਘੱਟ ਹੋ ਸਕਦੀਆਂ ਨੇ। ਅਮਰੀਕਾ ਦੇ ਉਪ ਵਿਦੇਸ਼ ਮੰਤਰੀ ਕਰਟ ਕੈਂਬਲ ਨੇ
ਭਾਰਤੀ ਪੱਤਰਕਾਰਾਂ ਨਾਲ ਵੀਡੀਓ ਕਾਨਫਰੰਸ 'ਚ ਇਹ ਗੱਲਬਾਤ ਕੀਤੀ। ਇਸ ਦੇ ਨਾਲ ਹੀ ਉਹਨਾਂ ਨੇ ਇਹ ਵੀ ਦੁਹਰਾਇਆ ਕਿ ਅਮਰੀਕਾ ਅਤਿ ਆਧੁਨਿਕ ਤਕਨਾਲੋਜੀ ਦੇ ਖੇਤਰ 'ਚ ਭਾਰਤ ਨਾਲ ਬਹੁਤ ਮਜ਼ਬੂਤ ਸੰਬੰਧ ਬਣਾਉਣ ਲਈ ਵਚਨਬੱਧ ਹੈ। ਅਮਰੀਕਾ ਦੇ ਉਪ ਵਿਦੇਸ਼ ਮੰਤਰੀ ਨੇ ਪੀਐਮ ਮੋਦੀ ਨਾਲ ਅਮਰੀਕੀ NSA ਦੀ ਅਗਵਾਈ 'ਚ ਹੋਈ ਮੀਟਿੰਗ ਬਾਰੇ ਵੀ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਹਿੰਦ ਮਹਾਂਸਾਗਰ 'ਚ ਭਾਰਤ ਨਾਲ ਸਹਿਯੋਗ ਇੱਕ ਅਜਿਹਾ ਮੁੱਦਾ ਹੈ ਜਿਸ ਉੱਤੇ ਕਾਫੀ ਗੱਲਬਾਤ ਕੀਤੀ ਗਈ ਹੈ। ਹਿੰਦ ਮਹਾਂਸਾਗਰ 'ਚ ਭਾਰਤ ਦੀ ਭੂਮਿਕਾ ਕੇਂਦਰੀ ਹੋਵੇਗੀ ਅਤੇ ਸਾਡੀ ਕੋਸ਼ਿਸ਼ ਭਾਰਤ ਦੀ ਸਮੁੰਦਰੀ ਸ਼ਕਤੀ ਨੂੰ ਵਧਾਉਣ ਦੀ ਹੈ। ਰੂਸ ਬਾਰੇ ਕੈਂਬਲ ਨੇ ਕਿਹਾ ਭਾਰਤ ਅਤੇ ਰੂਸ ਦੇ ਸੰਬੰਧਾਂ ਨੂੰ ਲੈ ਕੇ ਭਾਰਤ ਅਤੇ ਅਮਰੀਕਾ ਵਿਚਾਲੇ ਖੁੱਲ੍ਹੀ ਚਰਚਾ ਹੋ ਰਹੀ ਹੈ। ਜਿੱਥੋਂ ਤੱਕ ਅਮਰੀਕਾ ਦਾ ਸੰਬੰਧ ਹੈ, ਅਸੀਂ ਭਾਰਤ ਨਾਲ ਬਹੁਤ ਡੂੰਘੇ ਅਤੇ ਮਜ਼ਬੂਤ ਤਕਨਾਲੋਜੀ ਸੰਬੰਧ ਬਣਾਉਣ ਦੇ ਪੱਖ 'ਚ ਹਾਂ। ਅਸੀਂ ਸਪਸ਼ਟ ਤੌਰ 'ਤੇ ਦੱਸਿਆ ਕਿ ਜੇਕਰ ਭਾਰਤ ਅਤੇ ਰੂਸ ਦੇ ਸੰਬੰਧ ਫੌਜੀ ਅਤੇ ਤਕਨੀਕੀ ਪੱਧਰ 'ਤੇ ਬਣੇ ਰਹੇ ਤਾਂ ਇਸ ਦਾ ਕੀ ਪ੍ਰਭਾਵ ਪੈ ਸਕਦਾ ਹੈ। ਅਸੀਂ ਆਪਣੀਆਂ ਚਿੰਤਾਵਾਂ ਭਾਰਤ ਨੂੰ ਦੱਸ ਦਿੱਤੀਆਂ ਨੇ। ਭਾਰਤ ਨਾਲ ਅਮਰੀਕਾ ਦੀ ਦੋਸਤੀ ਕਈ ਵਾਰ ਸਮਝ ਤੋਂ ਬਾਹਰ ਹੋ ਜਾਂਦੀ ਹੈ। ਇੱਕ ਪਾਸੇ ਅਮਰੀਕਾ ਭਾਰਤ ਨਾਲ ਹਰ ਵੱਡੇ ਖੇਤਰ 'ਚ ਸੰਬੰਧਾਂ ਨੂੰ ਮਜ਼ਬੂਤ ਕਰਨ ਦੀ ਗੱਲ ਕਰਦਾ ਹੈ ਅਤੇ ਦੂਜੇ ਪਾਸੇ ਭਾਰਤ ਵੱਲ ਉਂਗਲ ਉਠਾਉਣ ਅਤੇ ਦੇਸ਼ ਦੇ ਘਰੇਲੂ ਮਾਮਲਿਆਂ 'ਚ ਦਖਲ ਦੇਣ ਤੋਂ ਵੀ ਗੁਰੇਜ਼ ਨਹੀਂ ਕਰਦਾ। ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਭਾਰਤ 'ਤੇ ਨਿਸ਼ਾਨਾ ਕੱਸਦੇ ਹੋਏ ਕਿਹਾ ਹੈ ਕਿ ਭਾਰਤ 'ਚ ਧਰਮ ਪਰਿਵਰਤਨ ਵਿਰੋਧੀ ਕਾਨੂੰਨ, ਨਫ਼ਰਤ ਭਰੇ ਭਾਸ਼ਣ ਅਤੇ ਧਾਰਮਿਕ ਘੱਟ ਗਿਣਤੀ ਭਾਈਚਾਰੇ ਦੇ ਲੋਕਾਂ ਦੇ ਘਰਾਂ ਅਤੇ ਧਾਰਮਿਕ ਸਥਾਨਾਂ ਨੂੰ ਢਾਉਣ ਦੇ ਮਾਮਲਿਆਂ 'ਚ ਚਿੰਤਾਜਨਕ ਵਾਧਾ ਹੋਇਆ ਹੈ। ਅੰਤਰਰਾਸ਼ਟਰੀ ਧਾਰਮਿਕ ਆਜ਼ਾਦੀ ਅਤੇ ਵਿਦੇਸ਼ ਵਿਭਾਗ ਦੀ ਸਾਲਾਨਾ ਰਿਪੋਰਟ ਜਾਰੀ ਕਰਨ ਦੇ ਮੌਕੇ 'ਤੇ ਬਲਿੰਕਨ ਨੇ ਬੁੱਧਵਾਰ ਨੂੰ ਕਿਹਾ ਕਿ ਦੁਨੀਆ ਭਰ ਦੇ ਲੋਕ ਧਾਰਮਿਕ ਆਜ਼ਾਦੀ ਦੀ ਰੱਖਿਆ ਲਈ ਬਹੁਤ ਯਤਨ ਕਰ ਰਹੇ ਨੇ। ਰਿਪੋਰਟ 'ਚ ਕਿਹਾ ਗਿਆ ਕਿ ਸੀਨੀਅਰ ਅਮਰੀਕੀ ਅਧਿਕਾਰੀ ਨੇ 2023 'ਚ ਭਾਰਤ 'ਚ ਆਪਣੇ ਹਮਰੁਤਬਾ ਨਾਲ ਧਾਰਮਿਕ ਆਜ਼ਾਦੀ ਦੇ ਮੁੱਦਿਆਂ ਬਾਰੇ ਲਗਾਤਾਰ ਚਿੰਤਾਵਾਂ ਪ੍ਰਗਟਾਈਆਂ। ਵਿਦੇਸ਼ ਮੰਤਰੀ ਨੇ ਕਿਹਾ ਕਿ ਭਾਰਤ 'ਚ ਅਸੀਂ ਧਰਮ ਪਰਿਵਰਤਨ ਵਿਰੋਧੀ ਕਾਨੂੰਨਾਂ, ਨਫ਼ਰਤ ਭਰੇ ਭਾਸ਼ਣ, ਧਾਰਮਿਕ ਘੱਟ ਗਿਣਤੀ ਭਾਈਚਾਰਿਆਂ ਦੇ ਲੋਕਾਂ ਦੇ ਘਰਾਂ ਅਤੇ ਪੂਜਾ ਸਥਾਨਾਂ ਨੂੰ ਢਾਉਣ ਦੇ ਮਾਮਲਿਆਂ 'ਚ ਚਿੰਤਾਜਨਕ ਵਾਧਾ ਦੇਖਿਆ ਹੈ। ਇਸ ਦੇ ਨਾਲ ਹੀ ਦੁਨੀਆ ਭਰ ਦੇ ਲੋਕ ਧਾਰਮਿਕ ਆਜ਼ਾਦੀ ਦੀ ਰੱਖਿਆ ਲਈ ਬਹੁਤ ਯਤਨ ਕਰ ਰਹੇ ਨੇ। ਭਾਰਤ ਲਈ ਅੰਤਰਰਾਸ਼ਟਰੀ ਧਾਰਮਿਕ ਆਜ਼ਾਦੀ 'ਤੇ 2023 ਦੀ ਰਿਪੋਰਟ 'ਚ ਕਿਹਾ ਗਿਆ ਕਿ 28 'ਚੋਂ 10 ਰਾਜਾਂ 'ਚ ਸਾਰੇ ਧਰਮਾਂ ਦੇ ਧਰਮ ਪਰਿਵਰਤਨ 'ਤੇ ਪਾਬੰਦੀ ਲਗਾਉਣ ਵਾਲੇ ਕਾਨੂੰਨ ਨੇ। ਇਹਨਾਂ ਵਿੱਚੋਂ ਕੁਝ ਰਾਜ ਵਿਆਹ ਦੇ ਉਦੇਸ਼ ਲਈ ਜ਼ਬਰਦਸਤੀ ਧਰਮ ਪਰਿਵਰਤਨ ਦੇ ਵਿਰੁੱਧ ਜੁਰਮਾਨੇ ਜਾਂ ਸਜ਼ਾ ਵੀ ਲਗਾਉਂਦੇ ਨੇ। ਭਾਰਤ ਨੇ ਇਸ ਤੋਂ ਪਹਿਲਾਂ ਮਨੁੱਖੀ ਅਧਿਕਾਰਾਂ 'ਤੇ ਅਮਰੀਕੀ ਵਿਦੇਸ਼ ਵਿਭਾਗ ਦੀ ਸਾਲਾਨਾ ਰਿਪੋਰਟ ਨੂੰ ਇਹ ਕਹਿੰਦੇ ਹੋਏ ਰੱਦ ਕਰ ਦਿੱਤਾ ਕਿ ਇਹ ਗਲਤ ਜਾਣਕਾਰੀ 'ਤੇ ਗਲਤ ਸਮਝ 'ਤੇ ਆਧਾਰਿਤ ਹੈ। ਵਿਦੇਸ਼ ਵਿਭਾਗ ਨੇ ਪਿਛਲੇ ਸਾਲ ਕਿਹਾ ਸੀ ਕੁਝ ਅਮਰੀਕੀ ਅਧਿਕਾਰੀਆਂ ਦੀਆਂ ਪੱਖਪਾਤੀ ਟਿੱਪਣੀਆਂ ਇਹਨਾਂ ਰਿਪੋਰਟਸ ਦੀ ਭਰੋਸੇਯੋਗਤਾ ਨੂੰ ਹੋਰ ਕਮਜ਼ੋਰ ਕਰਦੀਆਂ ਨੇ। ਇਸ ਸਾਲ ਦੀ ਰਿਪੋਰਟ 'ਚ ਅਮਰੀਕੀ ਵਿਦੇਸ਼ ਵਿਭਾਗ ਨੇ ਕਿਹਾ ਕਿ ਈਸਾਈ ਅਤੇ ਮੁਸਲਮਾਨਾਂ ਨੂੰ ਜ਼ਬਰਦਸਤੀ ਧਰਮ ਪਰਿਵਰਤਨ 'ਤੇ ਪਾਬੰਦੀਆਂ ਲਗਾਉਣ ਵਾਲੇ ਕਾਨੂੰਨਾਂ ਦੇ ਤਹਿਤ ਗ੍ਰਿਫਤਾਰ ਕੀਤਾ ਗਿਆ ਸੀ। ਧਾਰਮਿਕ ਸਮੂਹਾਂ ਦਾ ਕਹਿਣਾ ਹੈ ਕਿ ਕੁਝ ਮਾਮਲਿਆਂ 'ਚ ਧਾਰਮਿਕ ਘੱਟ ਗਿਣਤੀ ਭਾਈਚਾਰਿਆਂ ਦੇ ਮੈਂਬਰਾਂ ਨੂੰ ਝੂਠੇ ਅਤੇ ਮਨ ਘੜਤ ਦੋਸ਼ਾਂ 'ਚ ਤਸੀਹੇ ਦਿੱਤੇ ਗਏ ਅਤੇ ਜੇਲ੍ਹਾਂ 'ਚ ਡੱਕਿਆ ਗਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਰਾਸ਼ਟਰੀ ਪੱਧਰ 'ਤੇ ਯੂਨੀਫਾਰਮ ਸਿਵਲ ਕੋਡ ਨੂੰ ਲਾਗੂ ਕਰਨ ਦੇ ਸੱਦੇ 'ਤੇ ਵਿਦੇਸ਼ ਵਿਭਾਗ ਨੇ ਕਿਹਾ ਕਿ ਮੁਸਲਿਮ, ਸਿੱਖ, ਈਸਾਈ ਅਤੇ ਕਬਾਇਲੀ ਨੇਤਾਵਾਂ ਅਤੇ ਕੁਝ ਰਾਜ ਸਰਕਾਰਾਂ ਦੇ ਅਧਿਕਾਰੀਆਂ ਨੇ ਇਸ ਆਧਾਰ 'ਤੇ ਇਸ ਦਾ ਵਿਰੋਧ ਕੀਤਾ ਕਿ ਇਹ ਦੇਸ਼ ਨੂੰ ਹਿੰਦੂ ਰਾਸ਼ਟਰ 'ਚ ਬਦਲਣ ਦੀ ਯੋਜਨਾ ਦਾ ਹਿੱਸਾ ਹੈ। ਅਮਰੀਕਾ ਤੋਂ ਇੱਕ ਦੁਖਦਾਈ ਖਬਰ ਸਾਹਮਣੇ ਆਈ ਹੈ ਜਿੱਥੇ ਹਰਿਆਣੇ ਦੇ ਰਹਿਣ ਵਾਲੇ 2 ਨੌਜਵਾਨਾਂ ਦੀ ਝੀਲ 'ਚ ਨਹਾਉਂਦੇ ਹੋਏ ਡੁੱਬਣ ਕਾਰਨ ਮੌਤ ਹੋ ਗਈ। ਦੋਵੇਂ ਆਪਣੇ ਪਰਿਵਾਰਾਂ ਦੇ ਇਕਲੌਤੇ ਪੁੱਤਰ ਸਨ। ਪਰਿਵਾਰ ਨੇ ਦੋਵੇਂ ਜਣਿਆਂ ਨੂੰ ਕਰੀਬ 1 ਸਾਲ ਪਹਿਲਾਂ 80 ਲੱਖ ਰੁਪਈਏ ਖਰਚ ਕੇ ਡੰਕੀ ਦੇ ਰਾਹੀਂ ਅਮਰੀਕਾ ਭੇਜਿਆ ਸੀ ਜਿੱਥੇ ਉਹ ਇੱਕ ਡਿਪਾਰਟਮੈਂਟਲ ਸਟੋਰ 'ਤੇ ਕੰਮ ਕਰਦੇ ਸੀ। ਇਹ ਖਬਰ ਸੁਣ ਕੇ ਦੋਵਾਂ ਪਰਿਵਾਰਾਂ 'ਤੇ ਦੁੱਖਾਂ ਦਾ ਪਹਾੜ ਟੁੱਟ ਗਿਆ। ਹਰਿਆਣਾ 'ਚ ਕਰਨਾਲ ਦੇ ਰਹਿਣ ਵਾਲੇ 2 ਗੱਭਰੂ ਨੌਜਵਾਨ ਅਮਰੀਕਾ 'ਚ ਮੌਤ ਦਾ ਸ਼ਿਕਾਰ ਹੋਏ ਨੇ। ਜਾਣਕਾਰੀ ਮੁਤਾਬਕ ਇਹ ਦੋਵੇਂ ਨੌਜਵਾਨ ਕੈਲੀਫੋਰਨੀਆ ਵਿਖੇ ਇੱਕ ਝੀਲ 'ਚ ਨਹਾਉਣ ਲਈ ਗਏ ਸੀ ਜਿੱਥੇ ਪਾਣੀ 'ਚ ਡੁੱਬਣ ਕਾਰਨ ਇਹਨਾਂ ਦੋਵਾਂ ਦੀ ਮੌਤ ਹੋ ਗਈ।
ਜਦਕਿ ਉਹਨਾਂ ਦੇ ਇੱਕ ਸਾਥੀ ਦੀ ਮਸਾਂ ਜਾਨ ਬਚੀ। ਮ੍ਰਿਤਕ ਨੌਜਵਾਨਾਂ ਦੀ ਪਛਾਣ 21 ਸਾਲਾ ਮਹਿਤਾਬ ਸਿੰਘ ਵਾਸੀ ਪਿੰਡ ਗੋਬਿੰਦਗੜ੍ਹ ਅਤੇ 17 ਸਾਲਾ ਏਕਮ ਸਿੰਘ ਵਾਸੀ ਪਿੰਡ ਚੁਨਰੀ ਜ਼ਿਲ੍ਹਾ ਕਰਨਾਲ ਦੇ ਰੂਪ 'ਚ ਹੋਈ ਹੈ। ਇਸ ਘਟਨਾ ਦੌਰਾਨ ਇਹਨਾਂ ਦਾ ਇੱਕ ਹੋਰ ਸਾਥੀ ਫੈਜ਼ਪੁਰ ਵਾਸੀ ਚਰਨਜੀਤ ਸਿੰਘ ਵੀ ਝੀਲ 'ਚ ਡੁੱਬ ਰਿਹਾ ਸੀ, ਜਿਸ ਨੂੰ ਉੱਥੇ ਮੌਜੂਦ ਲੋਕਾਂ ਨੇ ਸਮਾਂ ਰਹਿੰਦੇ ਬਾਹਰ ਕੱਢ ਲਿਆ, ਜਿਸ ਕਰਕੇ ਉਸਦੀ ਜਾਨ ਬਚ ਗਈ। ਪਰਿਵਾਰਕ ਮੈਂਬਰਾਂ ਦੇ ਅਨੁਸਾਰ ਮਹਿਤਾਬ ਸਿੰਘ, ਏਕਮ ਸਿੰਘ ਅਤੇ ਚਰਨਜੀਤ ਸਿੰਘ ਇਕੱਠੇ ਇੱਕੋ ਕਮਰੇ 'ਚ ਰਹਿੰਦੇ ਸੀ। 25 ਜੂਨ ਨੂੰ ਉਹ ਕੈਲੀਫੋਰਨੀਆ ਦੀ ਸੈਨ ਫਰਾਂਸਿਸਕੋ ਝੀਲ 'ਚ ਨਹਾਉਣ ਗਏ ਸੀ, ਜਿੱਥੇ ਮਹਿਤਾਬ ਸਿੰਘ ਅਤੇ ਏਕਮ ਸਿੰਘ ਝੀਲ 'ਚ ਡੁੱਬ ਗਏ। ਉਹਨਾਂ ਨੂੰ ਬਚਾਉਣ ਲਈ ਚਰਨਜੀਤ ਸਿੰਘ ਵੀ ਅੱਗੇ ਵੱਲ ਵਧਿਆ, ਤਾਂ ਉਹ ਵੀ ਡੁੱਬ ਜਾਣਾ ਸੀ ਜੇ ਆਸ ਪਾਸ ਦੇ ਲੋਕ ਉਸ ਨੂੰ ਬਚਾਉਂਦੇ ਨਾ। ਦੋਵਾਂ ਨੂੰ ਤੁਰੰਤ ਹਸਪਤਾਲ ਇਲਾਜ ਲਈ ਲਿਜਾਇਆ ਗਿਆ, ਜਿੱਥੇ ਮਹਿਤਾਬ ਨੂੰ ਡਾਕਟਰਾਂ ਨੇ ਮ੍ਰਿਤਕ ਕਰਾਰ ਦੇ ਦਿੱਤਾ। ਇਸ ਮਗਰੋਂ 24 ਘੰਟੇ ਬਾਅਦ ਦੂਜੇ ਦੀ ਵੀ ਲਾਸ਼ ਝੀਲ 'ਚੋਂ ਬਰਾਮਦ ਹੋ ਗਈ। ਮਹਿਤਾਬ ਦੇ ਪਿਤਾ ਗੁਲਾਬ ਸਿੰਘ ਨੇ ਰੋਂਦੇ ਹੋਏ ਦੱਸਿਆ ਕਿ ਉਹਨਾਂ ਨੇ ਆਪਣਾ ਇਕਲੌਤਾ ਬੇਟਾ ਕਰੀਬ 1 ਸਾਲ ਪਹਿਲਾਂ ਡੰਕੀ ਰਾਹੀਂ ਅਮਰੀਕਾ ਭੇਜਿਆ ਸੀ। ਹੁਣ ਅਮਰੀਕਾ 'ਚ ਉਹ ਚੰਗਾ ਕੰਮਕਾਰ ਕਰ ਰਿਹਾ ਸੀ, ਪਰ ਇਹ ਭਾਣਾ ਵਰਤ ਗਿਆ। ਬਿਲ ਕੌਪਸ ਇੱਕ ਤਜਰਬੇਕਾਰ ਐਕਟਰ ਜੋ ਇੱਕ ਬਜ਼ੁਰਗ ਵਿਅਕਤੀ ਦੇ ਰੂਪ ਦੇ ਵਿੱਚ ਸਰਵਵਿਆਪੀ ਅਤੇ ਸੂਝਵਾਨ ਸਕਰੀਨ 'ਤੇ ਪਹਿਚਾਣ ਸਨ, ਦਾ ਦੇਹਾਂਤ ਹੋ ਗਿਆ। ਉਹ 90 ਸਾਲ ਦੇ ਸਨ। ਉਹਨਾਂ ਦੇ ਪ੍ਰਚਾਰਕ ਆਈ ਜੋਨਸ ਨੇ ਦੱਸਿਆ ਕਿ ਕੌਪਸ ਦਾ ਮੰਗਲਵਾਰ ਨੂੰ ਕੈਲੀਫੋਰਨੀਆ ਦੇ ਇਨਲੈਂਡ ਐਮਪਾਇਰ 'ਚ ਉਹਨਾਂ ਦੇ ਘਰ 'ਚ ਪਰਿਵਾਰ ਅਤੇ ਦੋਸਤਾਂ ਵਿਚਕਾਰ ਦੇਹਾਂਤ ਹੋਇਆ। ਜੋਨਸ ਨੇ ਦੱਸਿਆ ਕਿ ਮੌਤ ਦਾ ਸੰਭਾਵਿਕ ਕਾਰਨ ਕੁਦਰਤੀ ਹੋ ਸਕਦਾ ਹੈ। ਕਲੀਵਲੈਂਡ ਦੇ ਮੂਲ ਨਿਵਾਸੀ ਕੌਪਸ ਦੇ ਦਾ ਹਟਸਕਰ ਪ੍ਰੋਕਸੀ, ਦਾ ਬਾਡੀਗਾਰਡ ਅਤੇ ਨਾਈਟ ਐਟ ਦਾ ਮਿਊਜ਼ੀਅਮ ਵਰਗੀਆਂ ਫਿਲਮਾਂ 'ਚ ਅਭਿਨੈ ਕੀਤਾ। ਉਹਨਾਂ ਨੇ 1974 'ਚ ਦ ਟੇਕਿੰਗ ਆਫ ਪੈਲਹਮ 1, 2, 3 ਵਿੱਚ ਆਪਣੀ ਪਹਿਲੀ ਵੱਡੀ ਸਕਰੀਨ ਹਾਜ਼ਰੀ ਦਰਜ ਕੀਤੀ। ਉਹ ਲਗਭਗ 200 ਫਿਲਮ ਅਤੇ ਟੀ ਵੀ ਕ੍ਰੈਡਿਟਸ ਦੇ ਨਾਲ ਆਜੀਵਨ ਐਕਟਰ ਬਣ ਗਏ। ਕੌਪਸ ਦਾ ਸੋਪ੍ਰਾਨੋਸ, ਦਾ ਵੇਸਟ ਵਿੰਗ, ਸੇਸਮ ਸਟਰੀਟ ਅਤੇ ਗੁੱਡ ਟਾਈਮਸ ਜਿਵੇਂ ਟੈਲੀਵਿਜ਼ਨ ਸ਼ੋਅ 'ਚ ਦਿਖਾਈ ਦਿੱਤੇ। ਉਹ ਦ ਬਾਡੀਗਾਰਡ 1992 'ਚ ਵਿਟਨੀ ਹਿਊਸਟਨ ਦੇ ਮੈਨੇਜਰ ਸਨ। ਕੋਇਨ ਬ੍ਰਦਰਸ ਦੀ ਦ ਹਟਸਕਰ ਪ੍ਰੋਕਸੀ 'ਚ ਰਹੱਸਿਅਮੇ ਘੜੀ ਵਾਲੇ ਵਿਅਕਤੀ ਅਤੇ ਜੌਨ ਸੇਲਸ ਦੀ ਸਨਸ਼ਾਈਨ ਸਟੇਟ 'ਚ ਡਾਕਟਰ ਸਨ। ਉਹਨਾਂ ਨੇ ਏਅਰਬਡ 'ਚ ਕੋਚ, ਨਾਈਟ ਐਟ ਦਾ ਮਿਊਜ਼ੀਅਮ ਵਿੱਚ ਸੁਰੱਖਿਆ ਗਾਰਡ ਅਤੇ ਦ ਗ੍ਰੇਗਰੀ ਹਾਈਨਸ ਸ਼ੋਅ 'ਚ ਪਿਤਾ ਦੀ ਭੂਮਿਕਾ ਨਿਭਾਈ। ਸੰਯੁਕਤ ਰਾਸ਼ਟਰ ਦੇ ਮਨੁੱਖੀ ਅਧਿਕਾਰਾਂ ਬਾਰੇ ਸਿਖਰਲੇ ਅਧਿਕਾਰੀਆਂ ਨੇ ਆਲੋਚਕਾਂ ਨੂੰ ਚੁੱਪ ਕਰਾਉਣ ਲਈ ਭਾਰਤ 'ਚ ਅੱਤਵਾਦ ਰੋਕੂ ਕਾਨੂੰਨ ਦੀ ਵਰਤੋਂ 'ਤੇ ਚਿੰਤਾ ਜ਼ਾਹਰ ਕੀਤੀ ਅਤੇ ਅਧਿਕਾਰੀਆਂ ਨੂੰ ਕਸ਼ਮੀਰ ਬਾਰੇ ਟਿੱਪਣੀਆਂ ਲਈ ਲੇਖਿਕਾ ਅਰੁੰਧਤੀ ਰੋਏ ਖਿਲਾਫ਼ ਦਰਜ ਕੇਸ ਵਾਪਸ ਲੈਣ ਦੀ ਮੰਗ ਕੀਤੀ। ਹਾਈ ਕਮਿਸ਼ਨਰ ਵਾਲਕਰ ਟਰਕ ਦੀ ਅਗਵਾਈ ਹੇਠਲੇ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਦਫ਼ਤਰ ਨੇ ਐਕਸ 'ਤੇ ਪਾਈ ਪੋਸਟ 'ਚ ਕਿਹਾ, ਭਾਰਤ ਆਲੋਚਕਾਂ ਨੂੰ ਚੁੱਪ ਕਰਾਉਣ ਲਈ ਅੱਤਵਾਦ ਰੋਕੂ ਕਾਨੂੰਨ UAPA ਦੀ ਵਰਤੋਂ ਕੀਤੇ ਜਾਣ ਨੂੰ ਲੈ ਕੇ ਫਿਕਰਮੰਦ ਹਾਂ। ਕਾਨੂੰਨ ਦੀ ਸਮੀਖਿਆ ਅਤੇ ਇਸ ਤਹਿਤ ਹਿਰਾਸਤ 'ਚ ਲੈ ਗਿਆ ਮਨੁੱਖੀ ਅਧਿਕਾਰਾਂ ਦੇ ਰਾਖਿਆਂ ਦੀ ਰਿਹਾਈ ਲਈ ਅਪੀਲ ਦੁਹਰਾਉਂਦੇ ਹਾਂ। ਕਸ਼ਮੀਰ ਬਾਰੇ ਟਿੱਪਣੀਆਂ ਲਈ ਅਰੁੰਧਤੀ ਰੋਏ ਅਤੇ ਸ਼ੇਖ ਸ਼ੌਕਤ ਹੁਸੈਨ ਖਿਲਾਫ਼ ਦਰਜ ਕੇਸ ਵਾਪਸ ਲੈਣ ਦੀ ਅਧਿਕਾਰੀਆਂ ਨੂੰ ਅਪੀਲ ਕਰਦੇ ਹਾਂ। ਇਹ ਸਨ ਹੁਣ ਤੱਕ ਦੀਆਂ ਖ਼ਬਰਾਂ 'ਤੇ ਜਾਂਦੇ ਜਾਂਦੇ ਨਜ਼ਰ ਪਾਉਂਦੇ ਹਾਂ ਹੈੱਡਲਾਈਨਸ 'ਤੇ। ਕੈਨੇਡਾ 'ਚ ਇੱਕ ਹਫ਼ਤੇ ਤੋਂ ਲਾਪਤਾ ਪੰਜਾਬੀ ਨੌਜਵਾਨ ਦੀ ਹੋਈ ਮੌਤ, ਨਿਆਗਰਾ ਫਾਲਸ ਤੋਂ ਛਾਲ ਮਾਰ ਕੇ ਜੀਵਨ ਲੀਲਾ ਕੀਤੀ ਸਮਾਪਤ। ਲਬਨਾਨ 'ਚੋਂ 20,000 ਨੂੰ ਕੱਢ ਕੇ ਲਿਆਉਣ ਦਾ ਪਲਾਨ ਬਣਾ ਰਹੀ ਫੌਜ, ਇਜ਼ਰਾਈਲ ਅਤੇ ਹਜ਼ਬੁੱਲਾ ਵਿਚਾਲੇ ਵੱਧਦੇ ਤਣਾਅ ਦੇ ਮੱਦੇਨਜ਼ਰ ਯੋਜਨਾਬੰਦੀ। ਮਹਾਮਾਰੀ ਬੈਨੀਫਿਟਸ ਪ੍ਰਾਪਤ ਕਰਨ ਵਾਲਿਆਂ ਖਿਲਾਫ਼ ਹੋਵੇਗੀ ਕਾਰਵਾਈ। ਏਜੰਸੀ $9.53 ਬਿਲੀਅਨ ਓਵਰ ਪੇਮੈਂਟ ਦੀ ਵਸੂਲੀ ਲਈ ਕਰ ਰਹੀ ਹੈ ਕੰਮ। ਆਮ ਚੋਣਾਂ ਤੋਂ ਪਹਿਲਾਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਵੱਡਾ ਝਟਕਾ। ਪੀਅਰੇ ਪੋਲੀਏਵਰੇ ਕੈਨੇਡਾ ਦੇ ਸਭ ਤੋਂ ਪਸੰਦੀਦਾ ਲੀਡਰ ਵਜੋਂ ਉਭਰੇ। ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ। ਦੇਖਦੇ ਰਹੋ TV ਪੰਜਾਬ।
ਸੁਣਨ ਲਈ।